ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਆਈ ਹੋ ਵਧੀਆ ਹੋਵੋਗੇ, ਤੁਸੀਂ ਸਾਰੇ ਘੈਂਟ ਹੋਵੋਗੇ। ਅਤੇ ਵੈਲਕਮ ਬੈਕ ਟੂ ਮਾਈ ਚੈਨਲ, ਲੈ ਕੇ ਆਏ ਇੱਕ ਹੋਰ ਨਵੀਂ ਵੀਡੀਓ। ਅਤੇ ਲਾਸਟ ਵੀਡੀਓ ਦਸ਼ਮੇਸ਼ 9100 ਦੀ ਵਿੱਚ ਮੈਂ ਤੁਹਾਨੂੰ ਦਿਖਾਇਆ ਸੀ ਕਿ ਰਿਪੇਅਰ ਦਾ ਕੰਮ ਸਟਾਰਟ ਕਰਨ ਲੱਗੇ ਸੀ, ਉੱਦਣ ਵੀਡੀਓ ਪਾਈ ਸੀ ਅਤੇ ਪੂਰੀ ਮਸ਼ੀਨ ਖਾਲੀ ਕਰ ਦਿੱਤੀ ਅੰਦਰੋਂ, ਦਿਖਾਉਣਾ ਤੁਹਾਨੂੰ। ਅਤੇ ਪੂਰੀ ਮਸ਼ੀਨ ਬਿਲਕੁਲ ਖਾਲੀ ਕਰ ਦਿੱਤੀ ਆ, ਆਹ ਵੇਖੋ, ਪੂਰੀ ਮਸ਼ੀਨ ਖਾਲੀ ਕਰ ਦਿੱਤੀ ਆ। ਅਤੇ 9 ਸੀਜ਼ਨ ਹੋ ਗਏ ਆ, 9 ਸੀਜ਼ਨ ਬਾਅਦ ਇੱਕ ਵਾਰ ਵਿੱਚ ਜੇ ਖੁੱਲ੍ਹਿਆ ਸੀ ਗੇਅਰ ਬਕਸਾ, ਪਰ ਉਦੋਂ ਉਹਨਾਂ ਕੰਮ ਨਹੀਂ ਕੀਤਾ, ਪਰ ਐਤਕੀ ਪੂਰਾ ਖਾਲੀ ਕਰ ਦਿੱਤਾ ਅੰਦਰੋਂ। ਐਤਕੀ ਫੁੱਲ ਰਿਪੇਅਰ ਕਰਨੀ ਹੈ ਇਹਦੀ, ਤਾਂ ਕਿ ਕਣਕ 'ਤੇ ਜ਼ਿਆਦਾ ਕੰਮ ਨਾ ਕਰਨਾ ਪਵੇ। ਆ ਵੇਖੋ, ਇੱਧਰੋਂ ਵੀ ਸਭ ਐਲੀਵੇਟਰ ਵਗੈਰਾ ਲਾ ਦਿੱਤਾ, ਅਤੇ ਥਰੇਸਰ ਵਾਲੀ ਪੁਲੀ ਰੈਡੀ ਕਰਕੇ ਉਹ ਰੱਖੀ ਹੈ ਸਾਹਮਣੇ। ਬਾਕੀ ਕੰਮ ਚੱਲ ਰਿਹਾ ਡੇਲੀ, ਕਲੱਚ ਪਲੇਟ ਵੀ ਰੈਡੀ ਕਰ ਦਿੱਤੀ ਆ, ਬਸ ਚੜਾਉਣ ਵਾਲੀ ਬਾਕੀ ਆ। ਅਤੇ ਟਾਇਰ ਇਹਦੇ ਨਾਲ ਮਸ਼ੀਨ ਨਾਲ 5 ਆ, 5 ਟਾਇਰਾਂ 'ਤੇ ਚੱਲਦੀ ਆ। ਇੱਕ ਉਹ ਸਾਹਮਣੇ ਪਿਆ ਵਾ, ਇੱਕ ਆਹ ਪਿਆ ਵਾ, ਉੱਧਰ ਵਾਲਾ ਉਹ ਫਿੱਟ ਆ। ਅਤੇ ਇੰਡਕਸ਼ਨਾਂ ਵਗੈਰਾ ਦਾ ਕੰਮ ਹੋ ਗਿਆ, ਇੰਡਕਸ਼ਨ ਉੱਧਰ ਵਾਲੀ ਬਿਲਕੁਲ ਕੰਪਲੀਟ ਹੋ ਗਈ, ਇੱਧਰ ਵਾਲੀ ਵੀ ਕੰਪਲੀਟ ਹੋ ਗਈ ਆ। ਬਸ ਇੱਧਰ ਵਾਲਾ ਗੇਅਰ ਬਕਸੇ ਦੇ ਕਰਕੇ ਵੱਡਾ ਟਾਇਰ ਨਹੀਂ ਚੜਾਇਆ ਸੀ। ਅਤੇ ਬਾਕੀ ਕੰਮ ਚੱਲ ਰਹੇ ਨੇ, ਰਿਪੇਅਰ ਦਾ ਕੰਮ ਚੱਲ ਰਿਹਾ ਜ਼ੋਰੋ ਜ਼ੋਰ। ਅਤੇ ਬਾਕੀ ਇੱਕ ਜਿਹੜੀ ਬਹੁਤ ਹੀ ਵਧੀਆ, ਅਤੇ 2020 ਮਾਡਲ ਆ ਸਾਹਮਣੇ ਖਲੋਤੀ, ਅਤੇ 9 ਸੀਜ਼ਨ ਹੋ ਚੁੱਕੇ ਆ। ਅਤੇ ਆਹ ਕਲੱਚ ਪਲੇਟ ਤੁਹਾਨੂੰ ਦਿਖਾਉਂਦੇ ਆ, ਆਲਰੇਡੀ ਨਿਕਲੀ ਆ, ਹੁਣ ਬਦਲੀ ਆਣ ਕੇ, ਉਹ ਵੀ ਅਜੇ 1-2 ਸੀਜ਼ਨ ਲਾ ਜਾਣਾ ਸੀ ਇਹਨੇ। ਅਤੇ ਆਹ ਕਲੱਚ ਪਲੇਟ ਹੈ ਜੇ, ਕੰਡੀਸ਼ਨ ਵੇਖ ਲਓ, 9 ਸੀਜ਼ਨਾਂ ਬਾਅਦ ਕਲੱਚ ਪਲੇਟ ਬਦਲੀ ਹੈ ਦੀ। ਅਤੇ ਮੇਰੇ ਵੀਰ ਕਮੈਂਟ ਕਰਕੇ ਦੱਸਿਓ ਕਿ ਕਿੰਨੇ ਸੀਜ਼ਨ ਬਾਅਦ ਕਲੱਚ ਪਲੇਟ ਬਦਲੀ ਆ ਮਸ਼ੀਨਾਂ ਦੀਆਂ, ਕਿੰਨੇ ਸੀਜ਼ਨ ਬਾਅਦ ਕਲੱਚ ਪਲੇਟ ਕਿੰਨੇ ਬਦਲੀ ਆ। ਅਤੇ ਗੇਅਰ ਬਕਸੇ ਦਾ ਕੰਮ ਪੂਰਾ ਕਰਨਾ ਪੈਣਾ ਇਸ ਵਾਰ, ਕਿਉਂਕਿ ਦੂਜੇ ਨੰਬਰ ਵਾਲੇ ਗੇਅਰ ਦੀ ਗਰਾਰਾ ਜਿਹੜਾ ਹੁੰਦਾ ਛੋਟਾ ਵਾਲਾ, ਉਹ ਟੁੱਟ ਗਿਆ ਸੀ ਦੰਦ ਭੁਰੇ ਕਈ। ਅਤੇ ਕਾਊਂਟਰ ਵਾਲਾ ਜਿਹੜਾ ਵੱਡਾ ਗਰਾਰਾ ਹੁੰਦਾ, ਉਹਦੇ ਵੀ ਦੰਦ ਭੁਰੇ 1-2। ਅਤੇ ਉਹਦਾ ਕੰਮ ਗੇਅਰ ਬਕਸੇ ਦਾ ਇਸ ਵਾਰ ਪੂਰਾ ਕਰਨਾ ਪਊਗਾ। ਅਤੇ ਚੈਂਜਰ ਰੇਡੀ ਕਰ ਦਿੱਤਾ, ਆਹ ਵੇਖੋ, ਚੈਂਜਰ ਰੱਖਿਆ ਸਾਹਮਣੇ, ਨਟ ਕਸਣ ਵਾਲੇ ਰਹਿ ਗਏ ਆ। ਅਤੇ ਥਰੇਸਰ ਵਾਲੀ ਪੁਲੀ ਵੀ ਰੇਡੀ ਕਰ ਦਿੱਤੀ ਆ, ਗੈਸ ਡਰੰਮ ਵਾਲੀ ਰਹਿੰਦੀ ਆ, ਕਲੱਚ ਪਲੇਟ ਰੇਡੀ ਚੜਾਉਣ ਵਾਲੀ ਬਾਕੀ। ਕਲੱਚ ਪਲੇਟ ਨਵੀਂ ਪਾ ਦਿੱਤੀ ਇਸ ਵਾਰ, ਪੁਰਾਣੀ ਆਹ ਰੱਖੀ ਆ ਸਾਹਮਣੇ। ਅਤੇ ਸਟਾਫ ਵਾਕਰ ਪਿੱਛੋਂ ਖੋਲ੍ਹ ਦਿੱਤੇ ਸੀ, ਉਹਨਾਂ ਦੇ ਗੁਟਕੇ ਵੀ ਐਤਕੀ ਨਵੇਂ ਪਾਵਾਂਗੇ ਸਾਰੇ ਹੀ ਟੋਟਲੀ, ਮਤਲਬ ਕਿ ਫੁੱਲ ਰਿਪੇਅਰ ਕਰ ਦੇਣੀ ਹੈ ਐਤਕੀ। ਅਤੇ ਲੋਕਲ ਵਾਲੀਆਂ ਜਿਹੜੀਆਂ ਮਸ਼ੀਨਾਂ ਚੱਲਦੀਆਂ ਇੱਥੇ, ਉਹ ਇੰਨੀ ਰਿਪੇਅਰ ਨਹੀਂ ਕਰਦੇ, ਮਾੜਾ ਮੋਟਾ ਥਰੇਸਰ ਬਦਲ ਦਿੰਦੇ ਆ, ਗਰੀਸ ਪਾਣੀ ਵਗੈਰਾ ਕਰਕੇ ਜਿਹੜਾ 1-2 ਬੈਰੰਗ ਪਾ ਕੇ ਚਲਾ ਦਿੰਦੇ ਲੋਕਲ ਵਾਲੇ। ਆਪਾਂ ਨੂੰ ਲੰਮੇ 'ਤੇ ਚੱਲਣਾ ਵਾ, ਕਿਉਂਕਿ ਸਤੰਬਰ ਤੋਂ ਲੈ ਕੇ ਅਤੇ 3-4 ਮਹੀਨੇ ਲੱਗ ਜਾਣੇ ਬਾਅਦ ਚੱਲਣੀ ਆ, 3-4 ਮਹੀਨੇ ਲਗਾਤਾਰ ਚੱਲਦੀ ਰਹਿਣੀ ਆ, ਬਿਹਾਰ ਤੱਕ ਚੱਲਣਾ ਆਪਾਂ। ਤਾਂ ਫਿਰ ਬਿਹਾਰ ਉੱਥੇ ਖਿਲਾਰ ਦੇਣੀ ਆ, ਕਣਕ 'ਤੇ ਸੀਜ਼ਨ ਵੱਢ ਕੇ, ਕਣਕ ਵੱਢ ਕੇ ਫਿਰ ਲੈ ਕੇ ਆਵਾਂਗੇ। ਅਤੇ ਲੋਕਲ ਵਾਲੇ ਨਹੀਂ ਰਿਪੇਅਰ ਨਹੀਂ ਕਰਦੇ, ਮਾੜੀ ਮੋਟੀ ਰਿਪੇਅਰ ਕਰਕੇ ਚਲਾ ਦਿੰਦੇ ਆ। ਆਪਣੇ ਕੋਲ ਲੋਕਲ ਦਾ ਇੱਕ ਡਰਾਈਵਰ ਆਇਆ ਸੀ, ਅਤੇ ਜਦੋਂ ਮਸ਼ੀਨ ਸਾਰੀ ਖੁੱਲ੍ਹ ਗਈ ਅਤੇ ਉਹ ਵੇਚ ਹੀ ਕੇ ਕਹਿੰਦਾ ਵੀ ਮੇਰੇ ਵੱਸ ਦੀ ਗੱਲ ਨਹੀਂ, ਇੰਨੀ ਮਸ਼ੀਨ ਮੈਂ ਖੁੱਲ੍ਹੀ ਵੇਖੀ ਨਹੀਂ ਕਦੀ, ਜਿੰਨੀ ਤੁਸੀਂ ਖੋਲ੍ਹਤੀ ਆ। ਅਸੀਂ ਤਾਂ ਕਹਿੰਦਾ ਥਰੇਸਰ ਬਦਲ ਕੇ ਬਸ ਪਲਟ ਕੇ ਕਹਿੰਦਾ ਚਲਾ ਦਿੰਦੇ ਹਾਂ, ਇੰਨੀ ਮਸ਼ੀਨ ਕਦੀ ਮੈਂ ਖੁੱਲ੍ਹੀ ਵੇਖੀ ਨਹੀਂ ਗੀ, ਇੰਨੀ ਤਾਂ ਮੈਂ ਪਹਿਲੀ ਵਾਰ ਕਹਿੰਦਾ ਵੇਖੀ ਮਸ਼ੀਨ ਖੁੱਲ੍ਹੀ।
ਕਹਿੰਦਾ ਮੇਰੇ ਵੱਸ ਦੀ ਗੱਲ ਨਹੀਂ ਗੀ, ਤੁਸੀਂ ਜਿੰਨੀ ਮਸ਼ੀਨ ਖੋਲ੍ਹ ਦਿੱਤੀ ਆ। ਅਤੇ ਆ ਬੱਚੀ ਆਪਣਾ ਸਾਹਮਣੇ ਤੁਰਿਆ ਫਿਰਦਾ ਹੈਲਪਰ ਵਿਸ਼ਾਲ, ਹੱਸਣ ਡਿਆ, ਮੁਸਕਰਾਉਣ ਡਿਆ ਮੰਦ ਮੰਦ। ਮੁੰਨੀ ਆਇਆ ਸੀ, ਮੁੰਨੀ ਆਪਣੇ ਕੋਲ ਡਰਾਈਵਰ ਇੱਕ, ਨੌ ਸੀਜ਼ਨ ਤੱਕ ਵਧੀਆ ਕਲੱਚ ਪਲੇਟ ਨੇ ਕੰਮ ਕੀਤਾ ਵਾ, ਅਤੇ ਝੋਨੇ ਦੇ ਸੀਜ਼ਨ ਦੇ ਵਿੱਚ 3-4 ਮਹੀਨੇ ਵਧੀਆ ਚੱਲਦੀ ਰਹਿੰਦੀ ਆ ਮਸ਼ੀਨ, ਅਤੇ ਕਣਕ ਦਾ ਵੀ ਵਧੀਆ ਸੀਜ਼ਨ ਲਾਉਂਦੀ ਫਿਰ ਪਿਆਰ ਦੇ ਵਿੱਚ। ਅਤੇ 9 ਸੀਜ਼ਨ ਦੇ ਵਿੱਚ ਬਹੁਤ ਵਧੀਆ ਕਲੱਚ ਪਲੇਟ ਚੱਲੀ ਆ। ਅਤੇ ਇੱਕ ਗੱਲ ਹੋਰ ਦੱਸਣਾ ਚਾਹੂੰਗਾ ਕਿ ਆਪਣੇ ਜਿਹੜੀ ਮਾਨ ਐਗਰੋ ਏਜੰਸੀ ਬੰਡਾ ਵਾ, ਉਹਨਾਂ ਦਾ ਪਹਿਲਾ ਪੀਸ ਦਸਮੇਸ 9100 ਆਪਾਂ ਲੈ ਕੇ ਆਏ ਸੀ। ਉਦੋਂ ਇੱਥੋਂ ਮਸ਼ੀਨਾਂ ਨਹੀਂ ਮਿਲਦੀਆਂ, ਬਹੁਤ ਘੱਟ ਮਿਲਦੀਆਂ ਸੀ ਏਜੰਸੀ ਦੇ ਵਿੱਚ, ਅਤੇ ਸਿੱਧੀ ਪੰਜਾਬ ਜਾਣਾ ਪੈਂਦਾ ਸੀ ਮਸ਼ੀਨ ਲੈਣ। ਅਤੇ ਕਰੋਨਾ ਟਾਈਮ ਦੇ ਵਿੱਚ 2020 ਦੇ ਵਿੱਚ ਕਣਕ ਦੇ ਸੀਜ਼ਨ ਦੇ ਵਿੱਚ ਲੈ ਕੇ ਆਏ ਸੀ ਇਹਨੂੰ, ਅਤੇ ਉਹ ਪਹਿਲਾ ਪੀਸ ਸੀ ਮਾਨ ਐਗਰੋ ਏਜੰਸੀ ਦਾ ਜਿਹੜਾ ਦਸ਼ਮੇਸ਼ 9100। ਉਹ ਆਹ ਸਾਹਮਣੇ ਮਸ਼ੀਨ ਆਪ ਜੀ ਦੇ ਖਲੋਤੀ ਆ, ਇਹ ਪਹਿਲੀ ਮਸ਼ੀਨ ਸੀ ਮਾਨ ਐਗਰੋ ਏਜੰਸੀ ਬੰਡਾ ਵਾਲਿਆਂ ਦੀ ਜਿਹੜੀ ਆਪਾਂ ਲਈ ਸੀ ਦਸ਼ਮੇਸ਼ 9100। ਅਤੇ ਆਹ ਵੀ ਕਿੰਨਾ ਸਮਾਨ ਖਿਲ ਰਿਹਾ ਪਿਆ, ਮਾੜਾ ਮੋਟਾ ਬੰਦਾ ਤਾਂ ਉੱਦਾਂ ਹੀ ਬੋਂਦਰ ਜੂਗਾ, ਸਮਾਨ ਲੱਭਦੇ ਲੱਭਦੇ। ਆਹ ਵੇਖੋ ਸਭ ਸਮਾਨ ਖਿਲ ਰਿਹਾ ਪਿਆ, ਤਖ਼ਤ ਪੂਰਾ ਭਰਿਆ ਪਿਆ ਸਮਾਨ ਨਾ। ਉਹ ਮਸ਼ੀਨ ਦੇ ਅੱਗੇ ਪਿੱਛੇ ਖੱਬੇ ਸੱਜੇ ਉੱਤੇ ਥੱਲੇ ਸਭ ਸਮਾਨ ਹੀ ਸਮਾਨ ਪਿਆ। ਸਵੇਰ ਦੇ ਲੱਗੇ ਸੀ ਅਤੇ ਸ਼ਾਮਾਂ ਪੈ ਗਈਆਂ, ਸ਼ਾਮ ਦੇ 6 ਵੱਜ ਚੁੱਕੇ ਆ, ਅਤੇ ਹੁਣ ਕੰਮ ਸਮਾਪਤ। ਕੱਲ੍ਹ ਨੂੰ ਫਿਰ ਸਵੇਰ ਤੋਂ ਕੰਮ ਸਟਾਰਟ ਕਰਾਂਗੇ। ਬਾਕੀ ਮਸ਼ੀਨਾਂ ਚੱਲਦੀਆਂ 4 ਟਾਇਰਾਂ 'ਤੇ, 5 'ਤੇ ਚੱਲਦੀ ਆ। ਇੱਕ ਉੱਧਰ ਫਿੱਟ ਆ, ਇੱਕ ਆਹ ਪਿਆ, ਇੱਕ ਆਹ ਪਿੱਛੇ ਪਿਆ ਵੱਡਾ, ਅਤੇ 2 ਪਿੱਛੇ ਲੱਗੇ ਆ ਵੱਡੇ ਲੱਗਦੇ ਇਹਨੂੰ 3, ਅਤੇ 2 ਲੱਗਦੇ ਆ ਛੋਟੇ। ਅਤੇ ਕੰਪੈਨ ਵਾਲੇ ਮੇਰੇ ਵੀਰ ਜਿਹੜੇ ਵੀਡੀਓ ਵੇਖਦੇ ਆ, ਜ਼ਿਆਦਾ ਜ਼ਿਆਦਾ ਸਪੋਰਟ ਕਰਨ, ਲਾਈਕ ਕਰਨ, ਕਮੈਂਟ ਕਰਨ, ਸ਼ੇਅਰ ਕਰਨ, ਅਤੇ ਕਮੈਂਟ ਕਰਕੇ ਦੱਸਿਓ ਕਿੰਨੇ ਕਿੰਨੇ ਰਿਪੇਅਰ ਕਰਕੇ ਕੰਪਲੀਟ ਕਰ ਦਿੱਤੀ ਆ, ਅਤੇ ਕਿੰਨਾ ਕਿੰਨਾ ਦੀ ਮਸ਼ੀਨ ਚੱਲ ਪਈ ਆ, ਅਤੇ ਕਿਹੜੇ ਮੇਰੇ ਵੀਰ ਕੋਲ ਕਿਹੜੀ ਕਿਹੜੀ ਕੰਪੈਨ ਆ, ਕਮੈਂਟ ਕਰਕੇ ਜ਼ਰੂਰ ਦੱਸਿਓ। ਚੇਂਜਰ ਵਗੈਰਾ ਰੈਡੀ ਕਰ ਦਿੱਤਾ ਸੀ, ਅਤੇ ਫੇਸ ਵਗੈਰਾ ਲੱਗ ਗਿਆ ਆ, ਅਤੇ ਹੁਣ ਫਲੈਟ ਪੱਟੇ ਵਾਲਾ ਜਿਹੜਾ ਆਈਡਲ ਹੁੰਦਾ ਉਹ 'ਤੇ ਫੇਸ ਲੱਗਣ ਗਿਆ, ਉਹ ਰਹਿ ਗਿਆ ਇਹਦਾ ਕੰਮ ਹੁਣ ਵਾਲਾ ਜੇ। ਬਾਕੀ ਕੰਮ ਜ਼ੋਰੋ ਜ਼ੋਰ ਚੱਲਣ ਡਿਆ। ਗੇਅਰ ਬਕਸੇ ਦਾ ਵੀ ਸਮਾਨ ਆ ਜਾਣਾ ਵਾ, ਹੋ ਸਕਦਾ ਕੱਲ੍ਹ ਆ ਜਾਈਏ ਅਤੇ ਉਹਨੂੰ ਫਿੱਟ ਕਰ ਦਾਂਗੇ। ਅਤੇ ਆਹ ਵੇਖੋ ਗੁਟਕੇ ਲਿਆਉਣ ਕੇ ਰੱਖੇ ਆਪਾਂ ਸਾਹਮਣੇ, ਨਵੇਂ ਹੀ ਪਾ ਦੇਣੇ ਬਿਲਕੁਲ ਸਾਰੇ ਐਤਕੀ। ਅਤੇ ਬਾਕੀ ਜਿਹੜੇ ਵੀ ਬੈਰਿੰਗ ਆਪਾਂ ਮਸ਼ੀਨ ਦੇ ਵਿੱਚ ਪਾਇਆ, NBC ਓਰਿਜਨਲ ਬੈਰਿੰਗ ਪਾਇਆ ਬਿਲਕੁਲ। ਆਹ ਵੇਖੋ NBC ਜਾਂ ਫਿਰ TR ਦੇ ਬੈਰਿੰਗ ਪਾਈ ਦੇ ਆਪਾਂ, ਕਿਉਂਕਿ ਇੱਕ ਵਾਰ ਵਧੀਆ ਬੈਰਿੰਗ ਪੈ ਜੇ ਅਤੇ ਪੂਰੇ ਸੀਜ਼ਨ ਫਿਰ ਵੇਖਣ ਦੀ ਜ਼ਰੂਰਤ ਨਹੀਂ ਪੈਂਦੀ। NBC ਵੀ ਓਰਿਜਨਲ ਪਾਈਦਾ ਵਾ ਅਤੇ TR ਵੀ ਓਰਿਜਨਲ, ਦੋਵੇਂ ਬੈਰਿੰਗ ਓਰਿਜਨਲ ਪਾਉਣੇ ਆਪਾਂ।
ਰੀਨ ਦੇ ਅੰਦਰ, ਅਤੇ ਫਿਰ ਇੱਥੋਂ ਚੱਲਣੀ ਆ ਸਤੰਬਰ ਤੋਂ, ਅਤੇ ਫਿਰ ਦਸੰਬਰ ਤੱਕ ਵੇਖਣ ਦੀ ਜ਼ਰੂਰਤ ਨਹੀਂ ਪੈਣੀ ਮਸ਼ੀਨ ਨੂੰ, ਕਿਉਂਕਿ ਓਰੀਜਨਲ ਬੈਰਿੰਗ ਓਰੀਜਨਲ ਹੁੰਦਾ, ਵਧੀਆ ਕੰਮ ਕਰਦਾ ਵਾ। ਜਿਹੜਾ ਲੋਕਲ ਆਪਾਂ ਪਾ ਦਿੰਦੇ ਹਾਂ ਉਹ ਪੈਂਦਾ ਅਤੇ ਸਸਤਾ, ਪਰ ਵਧੀਆ ਕੰਮ ਨਹੀਂ ਕਰਦਾ। ਅਤੇ ਜਿੰਨੇ ਵੀ ਬੈਰਿੰਗ ਆਪਾਂ ਮਸ਼ੀਨ ਦੇ ਵਿੱਚ ਸਾਰੇ ਪਾਏ ਆ, 206, 207 ਜਾਂ 5 ਨੰਬਰ ਜਿੰਨੇ ਵੀ, ਬਾਕੀ ਥਰੇਸਰ ਦੇ ਬੈਰਿੰਗ ਜੋ ਵੀ ਥਰੇਸਰ ਵਾਲੀ ਪੁਲੀ ਦੇ, ਅਤੇ ਉਹ ਵੀ ਸਭ ਓਰੀਜਨਲ ਬੈਰਿੰਗ ਪਾ ਦਿੱਤੇ NBC ਜਾਂ TR ਦੇ, ਵਧੀਆ। ਅਤੇ ਜਿੱਦਾਂ ਜਿੱਦਾਂ ਰਿਪੇਅਰ ਚੱਲਦੀ ਰਹੂਗੀ ਲੈ ਕੇ ਵੀਡੀਓ ਆਉਂਦੇ ਰਹਾਂਗੇ, ਅਤੇ ਜਿੱਦਣ ਰੈਡੀ ਹੋ ਜੂਗੀ ਉੱਦਣ ਦੀ ਤੁਹਾਨੂੰ ਵੀਡੀਓ ਦਿਖਾਵਾਂਗੇ, ਅਤੇ ਜਿੱਦਣ ਕੱਟ ਲਾਵਾਂਗੇ ਉੱਦਣ ਦੀ ਵੀਡੀਓ ਲੈ ਕੇ ਆਵਾਂਗੇ। ਜ਼ਿਆਦਾ ਜ਼ਿਆਦਾ ਸਪੋਰਟ ਕਰੋ, ਜ਼ਿਆਦਾ ਜ਼ਿਆਦਾ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਹੋਰ ਵੀ ਨਵੀਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ। ਤਦ ਤੱਕ ਸਾਰਿਆਂ ਦਾ ਰੱਬ ਰਾਖਾ, ਅਤੇ ਜਲਦੀ ਜਲਦੀ ਰਿਪੇਅਰਾਂ ਕਰਕੇ ਚਲਾ ਦਿਓ ਸਾਰੇ ਜਣੇ।